ਭਾਈ ਗੁਰਜੀ ਕਾਲ ਸਾਹਿਬ ਭਾਈ ਗੁਰਜੀ ਕੀ ਫਤਿਹ ਸਟੈਪਿੰਗ ਸਟones ਪੰਜਾਬੀ ਰੀਡਰ 7A 2020 ਐਡੀਸ਼ਨ ਲੈਸਨ ਚ ਵਿੱਚ ਤੁਨਜੀ ਆਇਆ ਨੂੰ ਅੱਜ ਦੇ ਪਾਠ ਵਿੱਚ ਅਸੀਂ ਬਾਬਾ ਫਰੀਦ ਜੀ ਦੀ ਜੀਵਨੀ ਬਾਰੇ ਪੜ੍ਹਾਂਗੇ ਤੇ ਇਹ ਜੀਵਨੀ ਡਾਕਟਰ ਤ੍ਰਿਪਤ ਕੋਰ ਜੀ ਦੇ ਵੱਲੋਂ ਲਿਖੀ ਗਈ ਹੈ ਇਹਦੇ ਵਿੱਚ ਤੁਸੀਂ ਕੀ ਸਿੱਖੋਗੇ writing standard, sikho reading sikho the speaking sikho so standard students can speak, read, and write simple, compound, and complex sentences describing people and stating opinions, which is a good skill to have. i know you can do all of that in english, but now you'll be able to do that in punjabi as well. Is part which i okay so most of what we understand is what we know. राइट सो दिस वोकैबुलरी वर्ड्स दे मे बी डिफिकल्ट फॉर सम ऑफ यू सो लेट्स गो ओवर देयर मीनिंग्स असली मींस रियल ए द अपोजिट होएगा नकली मींस नॉट रियल माला नेकलेस करामत मिरेकल शक्कर रॉ शुगर शक्कर तो सी इंडिया से खाई होएगी पंजाब से खाई होएगी शक्कर ਦੇ ਵਿੱਚ ਘਿਓ ਪਾ ਕੇ ਤੇ ਨਾਲ ਰੋਟੀ ਖਾਉ ਬਹੁਤ ਸਵਾਦ ਲੱਗਦੀ ਹੈ यकीन पक्का ਫਰਮ ਫੇਥ ਮਹੱਤਵਪੂਰਨ ਇਹ ਸ਼ਬਦ ਆਪਾਂ ਸ਼ਬਦ ਬਹੁਤ ਵਾਰੀ ਪੜਿਆ ਅੱਗੇ ਵੀ ਸਿਗਨੀਫੀਕੈਂਟ ਮਣਕਾ ਮਣਕੇ ਨੂੰ ਮੋਤੀ ਵੀ ਕਹਿੰਦੇ ਨੇ ਪਰ ਚੰਗੇ ਦਿਲ ਵਾਲੀ ਗੁੱਡ ਹਾਰਟਡ ਦਿਲ ਵਿੱਚ ਪਾਉਣਾ ਟੂ ਇਨਸਟਿਲ ਸੋ ਜਦੋਂ ਅਸੀਂ ਕੋਈ ਗੱਲਾਂ ਸਿੱਖ ਜਾਂਦੇ ਆ ਉਹ ਸਾਡੇ ਦਿਲ ਵਿੱਚ ਪੈ ਜਾਂਦੀ ਹੈ ਰੱਬ ਦਾ ਇਨਾਮ ਗਿਫਟ ਫਰਮ ਗਾਡ ਕਿਹਾ ਜਾਂਦਾ ਹੈ ਇਟ ਇਜ਼ ਸੈਡ ਨਮਾਜ਼ ਮੁਸਲਮ ਪ੍ਰੇਅਰ ਆਦਤ ਪੈ ਗਈ ਡਿਵੈਲਪਡ ਹੈਬਿਟ दरी ਦੇ ਹੇਠਾ ਦਰੀ ਇਜ਼ ਅ ਰਗ ਇਟਸ ਯੂਜੂਲੀ ਵੋਵਨ ਬਾਈ ਹੈਂਡਸ ਜਦ ਮੈਂ ਛੋਟੀ ਸੀ ਮੈਂ ਵੀ ਦਰੀਆਂ ਬੁੰਨਦੀ ਹੁੰਦੀ ਹੁੰਦੀ ਸੀ ਅੰਡਰ ਦਾ ਰਗ ਮਿੱਠਾ ਸੁਬਾ সুইਟ ਨੇਚਰ 에 바바 ਫਰੀਦ ਦੀ ਫੋਟੋ ਪਤਾ ਨਹੀਂ ਅਸਲੀ ਹੈ ਕਿ ਨਹੀਂ ਅਸਲੀ ਪਰ ਕਿਸੇ ਦੀ ਇਮੇਜਿਨੇਸ਼ਨ ਹੈ ਕਿ ਬਾਬਾ ਫਰੀਦ ਇਸ ਤਰ੍ਹਾਂ ਦੇ ਨਜ਼ਰ ਆਉਂਦੇ ਹੋਣਗੇ ਬਾਬਾ ਫਰੀਦ ਦਾ ਅਸਲੀ ਨਾਂ ਸ਼ੇਖ ਫਰੀਦ ਦին ਮਸੂਦਸੀ ਫਰੀਦ ਸ਼ਬਦ ਦਾ ਮਤਲਬ ਹੈ ਅਨੋਖਾ ਉਹ ਪੰਜਾਬ ਦੇ ਸਭ ਤੋਂ ਪਹਿਲੇ ਕਵੀ ਮੰਨੇ ਗਏ ਹਨ ਉਹਨਾਂ ਤੋਂ ਪਹਿਲਾਂ ਦੇ ਸਮੇਂ ਦੀ ਕੋਈ ਲਿਖਤ ਪੰਜਾਬੀ ਵਿੱਚ ਨਹੀਂ ਮਿਲਦੀ ਸੋ ਉਹਨਾਂ ਨੇ ਪਹਿਲੀ ਪੰਜਾਬੀ ਲਿਖਤ ਲਿਖੀ ਬਾਬਾ ਫਰੀਦ ਦਾ ਜਨਮ 1173 ਵਿੱਚ ਪਿੰਡ ਖੋਤਵਾਲ ਜਿਹੜਾ ਕਿ ਹੁਣ ਪਾਕਿਸਤਾਨ ਵਿੱਚ ਹੈ ਵਿੱਚ ਹੋਇਆ ਫਰੀਦ ਜੀ ਦੇ ਪਿਤਾ ਜੀ ਦਾ ਨਾਮ ਜਮਾਲਉਦੀਨ ਸੁਲੇਮਾਨ ਸੀ ਉਹ ਕਾਬਲ afghanistan ਦੇ ਰਹਿਣ ਵਾਲੇ ਸਨ ਕਾਬਲ ਇੱਕ ਸਿਟੀ ਹੈ ਉਹਨਾਂ ਦੀ ਕੈਪੀਟਲ ਹੈ afghanistan ਦੇਸ਼ ਦੀ ਫਰੀਦ ਜੀ ਦੀ ਮਾਂ ਬਹੁਤ ਸਿਆਣੀ ਅਤੇ ਚੰਗੇ ਦਿਲ ਵਾਲੀ ਸੀ ਉਸ ਨੂੰ ਰੱਬ ਨਾਲ ਪਿਆਰ ਸੀ ਉਹ ਅਤੇ ਉਹ ਇਹ ਹੀ ਪਿਆਰ ਫਰੀਦ ਜੀ ਦੇ ਦਿਲ ਵਿੱਚ ਪਾਉਣਾ ਚਾਹੁੰਦੀ ਸੀ ਕਿਹਾ ਜਾਂਦਾ ਹੈ ਕਿ ਉਹ ਫਰੀਦ ਜੀ ਨੂੰ ਨਮਾਜ਼ ਪੜਨ ਦਾ ਪਿਆਰ ਪਾਉਣ ਲਈ ਕਹਿੰਦੀ ਫਰੀਦਾ ਜੇ ਤੂੰ ਨਮਾਜ਼ ਪੜੇਂਗਾ ਤਾਂ ਰੱਬ ਤੈਨੂੰ ਇਨਾਮ ਦੇਵੇਗਾ ਫਰੀਦ ਜੀ ਨੂੰ ਸ਼ੱਕਰ ਬਹੁਤ ਚੰਗੀ ਲੱਗਦੀ ਸੀ ਮਾਂ ਆਪ ਹੀ ਫਰੀਦ ਜੀ ਦੀ ਦਰੀ ਦੇ ਹੇਠਾਂ ਸ਼ੱਕਰ ਰੱਖ ਦਿੰਦੀ ਫਰੀਦ ਜੀ ਸ਼ੱਕਰ ਨੂੰ ਰੱਬ ਦਾ ਇਨਾਮ ਸਮਝ ਕੇ ਖਾ ਲੈਂਦੇ ਇਸ ਤਰ੍ਹਾਂ ਫਰੀਦ ਜੀ ਨੂੰ ਨਮਾਜ਼ ਪੜਨ ਦੀ ਆਦਤ ਵੀ ਪੈ ਗਈ ਤੇ ਉਹਨਾਂ ਨੂੰ ਨਮਾਜ਼ ਨਾਲ ਪਿਆਰ ਵੀ ਹੋ ਗਿਆ ਇੱਕ ਦਿਨ ماں ਨੂੰ ਦਰੀ ਥੱਲੇ ਸ਼ੱਕਰ ਰੱਖਣੀ ਭੁੱਲ ਗਈ ਪਰ ਨਮਾਜ਼ ਪਿੱਛੋਂ ਜਦ ਫਰੀਦ ਜੀ ਨੇ ਦਰੀ ਚੁੱਕੀ ਤਾਂ ਉਸ ਤੇ ਹੀਟਾ ਸ਼ੱਕਰ ਪਈ ਸੀ ਇਸ ਕਰਾਮਾਤ ਨਾਲ ਫਰੀਦ ਜੀ ਦਾ ਰੱਬ ਵਿੱਚ ਯਕੀਨ ਪੱਕਾ ਹੋ ਗਿਆ ماں ਨੇ ਉਹਨਾਂ ਦਾ ਨਾਂ ਸ਼ੱਕਰਗੰਜ ਮਤਲਬ ਮਿੱਠੇ ਦਾ ਘਰ ਰੱਖ ਦਿੱਤਾ ਫਰੀਦ ਜੀ ਖੋਤਵਾਲ ਦੇ ਮਦਰਸੇ ਵਿੱਚ ਪੜ੍ਹੇ ਫਿਰ ਪੜ੍ਹਾਈ ਕਰਨ ਲਈ ਕਾਬਲ ਚਲੇ ਗਏ ਜਦ ਮਲਤਾਨ ਵਾਪਸ ਆਏ ਤਾਂ ਆਪ ਖਵਾਜਾ ਕুতਬੁੱਦੀਨ ਬਖਤਿਆਰ ਕਾਕੀ ਜੀ ਨੂੰ ਮਿਲੇ ਇਹ ਉਹਨਾਂ ਦਾ ਗੁਰੂ ਬਣਿਆ ਬਾਅਦ ਵਿੱਚ ਜਾ ਕੇ ਉਹਨਾਂ ਨੇ ਫਰੀਦ ਜੀ ਨੂੰ ਆਪਣਾ ਮੁਰਿੱਦ ਜਾਂ ਚੇਲਾ ਬਣਾ ਲਿਆ ਕਾਕੀ ਜੀ ਉਹਨਾਂ ਦੇ ਮਿੱਠੇ ਸੁਭਾਅ ਤੋਂ ਬਹੁਤ ਖੁਸ਼ ਸੀ ਉਸ ਨੇ ਵੀ ਫਰੀਦ ਜੀ ਨੂੰ ਅਸੀਸ ਦਿੱਤੀ ਕਿ ਤੂੰ ਸ਼ੱਕਰ ਵਰਗਾ ਮਿੱਠਾ ਹੈ ਕਾਕੀ ਜੀ ਫਰੀਦ ਜੀ ਨੂੰ ਧਰਮ ਦੀ ਮਾਲਾ ਦਾ ਸਭ ਤੋਂ ਮਹੱਤਵਪੂਰਨ ਮਣਕਾ ਆਕ ਦੇ ਸਨ ਫਰੀਦ ਜੀ ਦੇ 8 ਬੱਚੇ ਹੋਏ ਫਰੀਦ ਜੀ ਨੇ ਘਰ ਵਿੱਚ ਰਹਿ ਕੇ ਵੀ ਫਕੀਰਾਂ ਵਾਲਾ ਜੀਵਨ ਬਿਤਾਇਆ ਬਾਬਾ ਫਰੀਦ ਜੀ ਸੂਫੀਆਂ ਦੇ ਚਿਸ਼ਤੀ ਪੰਥ ਨਾਲ ਜੁੜੇ ਫਰੀਦ ਜੀ ਨੇ ਸਾਰਾ ਕੁਰਾਨ ਸ਼ਰੀਫ ਜ਼ੁਬਾਨੀ ਯਾਦ ਕਰ ਲਿਆ ਚਿੱਲੇ ਕੱਟੇ ਚਿੱਲੇ ਕੱਟਣ ਦਾ ਮਤਲਬ ਹੈ ਉਹਨਾਂ ਨੇ 40 ਦਿਨ ਤੱਕ ਕਮਰੇ ਵਿੱਚ ਬੰਦ ਰਹਿ ਕੇ ਸਿਰ ਨੀਵਾ ਰੱਖਿਆ ਅਤੇ ਰੱਬ ਦਾ ਨਾਮ ਲਿਆ ਸੂਫੀਆਂ ਦੀ ਉਸ ਵੇਲੇ ਬਹੁਤ ਇੱਜ਼ਤ ਸੀ ਲੋਕ ਉਹਨਾਂ ਕੋਲ ਆਪਣੇ ਦੁੱਖ ਰੋਗ ਦੂਰ ਕਰਵਾਉਣ ਲਈ ਆਉਂਦੇ ਬਾਬਾ ਫਰੀਦ ਨੇ 20 ਸਾਲ ਇਸਲਾਮ ਦਾ ਪ੍ਰਚਾਰ ਕੀਤਾ ਉਹਨਾਂ ਦੇ ਨਾਲ ਵੀ ਖਲੀਫੇ ਵੀ ਸਨ ਖਲੀਫੇ ਉਹਨਾਂ ਦੀ ਇਸਲਾਮ ਦਾ ਪ੍ਰਚਾਰ ਕਰਨ ਵਿੱਚ ਮਦਦ ਕਰਦੇ ਖਲੀਫੇ ਉਸ ਤਰ੍ਹਾਂ ਹੀ ਸਨ ਜਿਸ ਤਰ੍ਹਾਂ ਸਿੱਖਾਂ ਦੇ ਗ੍ਰੰਥੀ ਸਾਹਿਬ ਬਾਬਾ ਫਰੀਦ ਜੀ ਮਹਾਨ ਪੁਰਖ ਸਨ ਉਹਨਾਂ ਦੀ ਬਾਣੀ ਵਿੱਚ ਬਹੁਤ ਮਿਠਾਸ ਹੈ ਸੋ ਇਹ ਸਾਡਾ ਲੇਖੀ ਬਾਬਾ ਫਰੀਦ ਦੇ ਬਾਰੇ ਤੇ ਇਹਦੇ ਵਿੱਚ 429 ਸ਼ਬਦ ਨੇ ਸਿਰਫ ਜੇ ਤੁਸੀਂ ਸਕਤ ਸਤ ਅਸਿਸ਼ ਬਦ ਇੱਕ ਮਿੰਟ ਵਿੱਚ ਪੜ ਸਕਦੇ ਹੋ ਤੇ ਤੁਹਾਨੂੰ ਇਹ ਲੇਖ ਪੜਨ ਦੇ ਵਿੱਚ 7 ਕੁ ਮਿੰਟ ਤੋਂ ਜ਼ਿਆਦਾ 6 ਜਾਂ 7 ਮਿੰਟ ਤੋਂ ਜ਼ਿਆਦਾ ਨਹੀਂ ਲੱਗਣੇ ਚਾਹੀਦੇ ਠੀਕ ਹੈ ਤਾਂ ਤੁਸੀਂ ਇਹਦੇ ਵਿੱਚੋਂ ਕਿਵੇਂ ਆਪਣੀ ਅੰਡਰਸਟੈਂਡਿੰਗ ਸ਼ੋ ਕਰੋਗੇ ਤੁਸੀਂ ਕਰਦਾ ਕੰਮ ਕਰੋਗੇ ਸੌਮ ਵਰਕਰ ਦਾ ਕੰਮ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਪਰ ਉੱਤੇ ਪੂਰੇ ਵਾਕਾਂ ਵਿੱਚ ਲਿਖੋ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਪੂਰੇ ਵਾਕਾਂ ਵਿੱਚ ਲਿਖੋ ਬਾਬਾ ਫਰੀਦ ਜੀ ਦਾ ਅਸਲੀ ਨਾਮ ਕੀ ਸੀ ਇੱਥੇ ਤੁਸੀਂ ਜਾਣਦੇ ਹੋ ਕਿ ਤੁਸੀਂ ਪ੍ਰਸ਼ਨ ਦੇ ਵਿੱਚੋਂ ਸ਼ਬਦ ਲੈ ਕੇ ਆਨਸਰ ਸ਼ੁਰੂ ਕਰੋਗੇ ਉੱਤਰ ਸ਼ੁਰੂ ਕਰੋਗੇ ਬਾਬਾ ਫਰੀਦ ਜੀ ਦਾ ਅਸਲੀ ਨਾਮ ਇਹ ਸ਼ਬਦ ਤੁਸੀਂ ਕਾਪੀ ਕਰੋਗੇ ਇੱਥੇ ਲਿਖੋਗੇ ਫਿਰ ਉਹਨਾਂ ਦਾ ਨਾਮ ਲਿਖੋਗੇ ਫਿਰ ਸ਼ਬਦ ਸੀ ਇੱਥੇ ਕਾਪੀ ਕਰੋਗੇ ਤੇ ਪਿੱਛੇ ਡੰਡੀ ਲਾਓਗੇ ਬਾਬਾ ਫਰੀਦ ਜੀ ਦੀ ਮਾਤਾ ਜੀ ਦਾ ਨਾਮ ਕੀ ਸੀ ਬਾਬਾ ਫਰੀਦ ਜੀ ਦੀ ਮਾਤਾ ਜੀ ਦਾ ਨਾਮ ਇੱਥੇ ਲਿਖੋਗੇ ਫਿਰ ਤੁਸੀਂ ਉਨਾਂ ਦਾ ਨਾਂ ਲਿਖੋਗੇ ਫਿਰ ਸੀ ਲਿਖ ਕੇ ਡੰਡੀ ਲਾਓਗੇ بابا ਫਰੀਦ ਜੀ ਨੂੰ ਨमाज ਪੜਨ ਦੀ ਆਦਤ ਕਿਸ ਨੇ ਪਾਈ بابا ਫਰੀਦ ਜੀ ਨੂੰ ਨमाज ਪੜਨ ਦੀ ਆਦਤ ਬਲੈਂਕ ਨੇ ਪਾਈ ਨੇ ਪਾਈ ਠੀਕ ਹੈ ਤੁਸੀਂ ਆਲਪ ਸਾਰੇ ਸ਼ਬਦ ਪ੍ਰਸ਼ਨ ਦੇ ਵਿੱਚੋਂ ਵਰਤ ਕੇ ਤੇ ਆਪਣੇ ਉੱਤਰ ਦੇ ਵਿੱਚ ਯੂਜ਼ ਕਰ ਸਕਦੇ ਹੋ ਠੀਕ ਹੈ ਤੇ ਮੰਗਲਵਾਰ ਕਰਦਾ ਕੰਮ ਤੁਹਾਡਾ ਹੋਏਗਾ ਇਹ ਵਾਕਾਂ ਦੇ ਹਿੱਸੇ ਨੇ ਇੱਕ 파ਟੇ ਹੈ ਇੱਕ 파ਟੇ ਹੈ ਇਹਨਾਂ ਨੂੰ ਤੁਸੀਂ ਆਪਸ ਵਿੱਚ ਜੋੜ ਕੇ ਤੇ ਪੂਰੇ ਵਾਕ ਬਣਾਓਗੇ ਜਿਹੜਾ ਪੂਰਾ ਵਾਕ ਬਣ ਜੇਗਾ ਉਹਨੂੰ ਤੁਸੀਂ ਇੱਥੇ ਕਾਪੀ ਕਰਕੇ ਲਿਖੋਗੇ ਹੋ ਸਕਦਾ ਹੈ ਕਈ ਵਾਕਾਂ ਵਾਸਤੇ ਤੁਹਾਨੂੰ ਦੋ ਲਾਈਨਾਂ ਚਾਹੀਦੀਆਂ ਹੋਣ ਯੂ ਹੈਵ ਇਨਫ ਸਪੇਸ ਹੇਰ ਠੀਕ ਹੈ ਇਸ ਐਕਟੀਵਿਟੀ ਨਾਲ ਤੁਹਾਨੂੰ ਪੜ੍ਹਨਾ ਵੀ ਆ ਜਾਏਗਾ ਤੁਹਾਨੂੰ ਲਿਖਣਾ ਵੀ ਆ ਜਾਏਗਾ ਬੁੱਧਵਾਰ ਕਰਦਾ ਕੰਮ ਟਾਈਮਰ ਸ਼ੁਰੂ ਕਰੋ ਇਹ ਲੇਖ ਦੁਬਾਰਾ ਪੜ੍ਹੋ ਕਿੰਨੇ ਮਿੰਟ ਲੱਗੇ ਤੇ ਜਦੋਂ ਤੁਸੀਂ ਆਪਣਾ ਰੈਕર્ડ ਰੱਖੋਗੇ ਤਾਂ ਤੁਹਾਡੀ ਪੰਜਾਬੀ ਪੜਨ ਦੀ ਰਵਾਨਗੀ ਵੀ ਵੱਧ ਜਾਏਗੀ ਤੇ ਜਿਹੜਾ ਤੁਸੀਂ ਪੜ੍ਹਦੇ ਹੋ ਉਤਨ ਸਮਝ ਵੀ ਆਣਾ ਸ਼ੁਰੂ ਹੋ ਜਾਏਗਾ ਠੀਕ ਹੈ ਸੋ ਇਹ ਸਾਡਾ ਅੱਜ ਦਾ ਲੈਸਨ ਸੀ ਥੈਂਕ ਯੂ ਫॉर ਵਰਕਿੰਗ ਵਿਦ ਮੀ ਤੇ ਆਪਾਂ ਅਗਲੇ ਲੈਸਨ ਵਿੱਚ ਫਿਰ ਮਿਲਦੇ ਆ ਸੋ ਅੰਟਿਲ ਦੈਨ ਬਾਏ ਕੁਲ ਜੀ ਦਾ ਖਾਲਸਾ ਬਾਏ ਕੁਲ ਜੀ ਕੀ ਫਤ